ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਮਾਸਟਰ ਕੈਡਰ एग्जाम 2021 ਇਸ ਇਤਿਆਰ ਜਿਹੜਾ ਜਾਰੀ ਹੋ ਚੁੱਕਿਆ ਹੈ ਸੋ ਐਸਐਸਟੀ ਦੀ ਪੰਜਵੀਂ ਕਲਾਸ ਪੰਜਵਾਂ ਭਾਗ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਜੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨੇ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ ਤਾਂ ਅਗਲੇ ਭਾਗ 'ਚ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਸਟਾਰਟ ਕਰਨ ਜਾ ਰਹੇ ਹਾਂ ਜੋ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਜਿੰਨਾਂ ਨੇ ਹਾਲ ਤੱਕ ਪਹਿਲੇ ਭਾਗ ਦੇ ਪ੍ਰਸ਼ਨ ਉੱਤਰ ਜਿਹੜੇ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਰੀਡ ਕਰ ਸਕਦੇ ਹੋ ਸੋ ਹੁਣ ਕੰਟੀਨਿਊ ਤੁਹਾਨੂੰ ਕਲਾਸਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਲਦੀ ਆਫੀਸ਼ੀਅਲ ਸਾਈਟ ਤੇ ਨੋਟੀਫਿਕੇਸ਼ਨ ਵੀ ਆ ਜਾਏਗਾ ਤੇ ਅਪਲਾਈ ਹੋਣਾ ਸਟਾਰਟ ਹੋ ਜਾਏਗਾ ਸੋ ਆਪਣੀ ਤਿਆਰੀ ਜਿਹੜੀ ਹੁਣ ਕੰਟੀਨਿਊ ਰੱਖ ਦਿਓ ਕਿਉਂਕਿ ਤੁਹਾਨੂੰ ਵੀ ਪਤਾ ਹੈ ਕੰਪੀਟੀਸ਼ਨ ਹੈ ਜਿਹੜਾ ਬਹੁਤ ਜ਼ਿਆਦਾ ਹੈ ਖਾਸ ਕਰ ਐਸਐਸਟੀ ਪੰਜਾਬੀ ਕੰਬੀਨੇਸ਼ਨ ਤੇ ਸੋ ਐਸਐਸਟੀ ਦੇ ਵਿੱਚ ਤੁਹਾਨੂੰ ਸਾਰੇ ਕੁਐਸਚਨ ਇਹਦੇ ਵਿੱਚ ਕਵਰ ਹੋ ਜਾਣਗੇ ਇਹਦੇ ਵਿੱਚ ਮੋਸਟ ਇੰਪੋਰਟੈਂ ਜੋ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਕਰਕੇ ਤਿੰਨੋਂ ਸਬਜੈਕਟ ਦੇ ਲਈ ਆ ਹਿਸਟਰੀ ਵੀ ਹੈ ਜੀਓਗ੍ਰਾਫੀ ਵੀ ਹੈ ਅਤੇ ਪੋਲੀਟਿਕਲ ਵੀ ਹੈ ਸੋ ਸਾਰੇ ਕੁਐਸਚਨ ਨੈਟ ਦੇ ਵਿੱਚ ਕਵਰ ਕੀਤੇ ਜਾਣਗੇ ਲਗਭਗ 1800 ਤੋਂ ਲੈ ਕੇ 2000 ਤੱਕ ਇਹ ਕੁਐਸਚਨ ਤੁਹਾਨੂੰ ਪ੍ਰੋਵਾਈਡ ਹੈ ਜਿਹੜਾ ਉਹ ਕੀਤਾ ਜਾਏਗਾ ਤਾਂ ਸਟਾਰਟ ਕਰਦੇ ਆ ਜੀ ਹਾਂਜੀ ਤਾਂ ਪ੍ਰਸ਼ਨ ਨੰਬਰ 76 ਤੋਂ ਸਟਾਰਟ ਕਰਾਂਗੇ ਇਸ ਤੋਂ ਪਹਿਲਾ ਕੁਐਸਚਨ ਆਪਾਂ ਕਰਿਆ ਸੀਗਾ ਵਾਰ ਗੰਗਾਧਰ ਤਿਲਕ ਵਾਲਾ ਸੂ ਪ੍ਰਸ਼ਨ ਨੰਬਰ 76 ਤੋਂ ਅਗਲੇ ਭਾਗ ਵਿੱਚ ਸਟਾਰਟ ਕਰ ਰਹੇ ਹਾਂ ਦਾਸਾਂ ਦਾ ਦਾਸ ਕਿਹੜੇ ਸ਼ਾਸਕ ਨੂੰ ਕਿਹਾ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਅਲਾਉਦੀਨ ਖਿਲਜੀ ਇਲਤੁਤਮਿਸ਼ ਕੁੱਤਬਦੀਨ ਐਬਕ ਜਾਂ ਫਿਰ ਬਲਬਨ ਨੂੰ ਤਾਂ ਕਮੈਂਟ ਜ਼ਰੂਰ ਕਰਦੇ ਜਾਓ ਗਲਤ ਹੋ ਜਾਏਗਾ ਕੋਈ ਚੱਕਰ ਨਹੀਂ ਟਰਾਈ ਜ਼ਰੂਰ ਕਰਿਓ ਤਾਂ ਦਾਸਾਂ ਦਾ ਦਾਸ ਜਿਹੜਾ ਉਹ ਇਲਤੁਤਮਿਸ਼ ਨੂੰ ਕਿਹਾ ਜਾਂਦਾ ਹੈ ਆਪਸ਼ਨ ਆੜਾ ਸਾਡਾ ਜਿਹੜਾ ਰਾਈਟ ਆਨਸਰ ਆਏਗਾ ਕਿਉਂਕਿ ਇਲਤੁਤਮਿਸ਼ ਹੈ ਜਿਹੜਾ ਦਾਸ ਵੰਸ਼ੋ ਦੇ ਸੰਸਥਾਪਕ ਜੋ ਕੁੱਤਬਦੀਨ ਐਬਕ ਜੋ ਕਿ ਮੁਹੰਮਦ ਗੋਰੀ ਦਾ ਦਾਸ ਸੀ ਤਾਂ ਇਹ ਉਸ ਦਾ ਦਾਸ ਸੀ ਇਸ ਕਰਕੇ ਇਤਤ ਤੋਂ ਮੈਸ ਨੂੰ ਜਿਹੜਾ ਦਾਸਾਂ ਦਾ ਦਾਸ ਹੈ ਜਿਹੜਾ ਉਹ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਦਿੱਲੀ ਨੂੰ ਰਾਜਧਾਨੀ ਬਣਾਉਣ ਵਾਲਾ ਪਹਿਲਾ ਜੋ ਮੁਸਲਿਮ ਸਾਸਕ ਸੀਗਾ ਅਤੇ ਦਾਸ ਵੰਸ਼ ਦਾ ਦੂਜਾ ਮਹਾਨ ਸਾਸਕ ਪਹਿਲਾ ਬਲਬਨ ਸੀਗਾ ਇਸ ਤੋਂ ਇਲਾਵਾ ਭਾਰਤ ਦਾ ਪਹਿਲਾ ਸੁਤੰਤਰ ਮੁਸਲਿਮ ਸਾਸਕ ਸੀ ਜਿਹੜਾ ਉਹ ਇਤਤ ਮੈਸ ਸੀਗਾ ਤੋਂ ਇਲਾਵਾ ਕੋਤ ਮਦੀਨ ਐਬਕ ਸੀ ਜੋ ਉਹਨਾਂ ਨੇ ਸਿੱਕੇ ਜਾਰੀ ਨਹੀਂ ਕੀਤੇ ਸਨ ਦਿੱਲੀ ਸਲਤਨਤ ਦਾ ਆਸਲ ਸੰਸਤਾਪਕ ਵੀ ਹੈ ਜਿਹੜਾ ਇਲਤੁਤਮਿਸ ਨੂੰ ਕਿਹਾ ਜਾਂਦਾ ਹੈ ਸੋ ਦਾਸਾਂ ਦਾ ਦਾਸ ਇਲਤੁਤਮਿਸ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਚੰਨ ਗ੍ਰਹਿਣ ਕਦੋਂ ਲੱਗਦਾ ਹੈ ਚੰਨ ਗ੍ਰਹਿਣ ਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਜਾਂ ਫਿਰ ਸੂਰਜ ਗ੍ਰਹਿਣ ਤੇ ਜਾਂ ਇਹ ਵੀ ਪੁੱਛਿਆ ਜਿਵੇਂ ਤੁਹਾਨੂੰ ਪਹਿਲਾਂ ਵਾਲੇ ਭਾਗ ਵਿੱਚ ਦੱਸਿਆ ਸੀ ਕਿ ਕਿੰਨੇ ਚੰਨ ਗ੍ਰਹਿਣ ਲੱਗਦੇ ਨੇ ਕਿੰਨੇ ਸਾਲ ਦੇ ਵਿੱਚ ਸੂਰਜ ਗ੍ਰਹਿਣ ਲੱਗਦੇ ਆ ਤਾਂ ਉਹਨੇ ਇਹ ਕੁਐਸਚਨ ਹੈ ਚੰਨ ਗ੍ਰਹਿਣ ਕਦੋਂ ਲੱਗਦਾ ਹੈ ਜਦੋਂ ਧਰਤੀ ਸੂਰਜ ਤੇ ਚੰਨ ਵਿਚਕਾਰ ਆਉਂਦੀ ਹੈ ਜਾਂ ਵਿਚਕਾਰ ਹੋਵੇ ਜਾਂ ਜਦੋਂ ਚੰਨ ਸੂਰਜ ਤੇ ਧਰਤੀ ਵਿਚਕਾਰ ਹੋਵੇ ਜਾਂ ਫਿਰ ਜਦੋਂ ਸੂਰਜ ਚੰਨ ਅਤੇ ਧਰਤੀ ਦੇ ਵਿਚਕਾਰ ਹੋਵੇ ਜਾਂ ਫਿਰ ਊਰਨਵਾਸੀ ਤਾਂ ਚੰਨ ਗ੍ਰਹਿਣ ਹੈ ਜਿਹੜਾ ਇਹਦੇ ਵਿੱਚ ਆਪਸ਼ਨ ਊੜਾ ਰਾਈਟ ਆਨਸਰ ਬਣੇਗਾ ਜਦੋਂ ਧਰਤੀ ਸੂਰਜ ਤੇ ਚੰਨ ਦੇ ਵਿਚਕਾਰ ਹੋਵੇ ਤਾਂ ਉਦੋਂ ਚੰਨ ਗ੍ਰਹਿਣ ਲੱਗਦਾ ਹੈ ਕਿਉਂਕਿ ਇਹ ਤਿੰਨੋਂ ਘੁੰਮਦੇ ਘੁੰਮਦੇ ਜਿਹੜੇ ਇੱਕ ਸੇਧ ਦੇ ਵਿੱਚ ਆ ਜਾਂਦੇ ਨੇ ਜਦੋਂ ਸੂਰਜ ਅਤੇ ਚੰਨ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਧਰਤੀ ਜਿਹੜਾ ਪਰਛਾਵਾ ਹੈ ਉਹ ਚਾਨਣ ਅਤੇ ਪੈਂਦਾ ਸੋ ਇਹ ਜਿਹੜਾ ਸਭ ਕੁਝ ਹੁੰਦਾ ਤਾਂ ਵਾਰਸ਼ਿਕ ਗਤੀ ਦੇ ਕਾਰਨ ਹੁੰਦਾ ਹੈ ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਦਾਸਾਂ ਦਾ ਸਰਪ੍ਰਸਤ ਕਿਸ ਨੂੰ ਕਿਹਾ ਜਾਂਦਾ ਹੈ ਅਲਾਉਦੀਨ ਖਿਲਜੀ ਏਲਤੋਤਮਿਸ ਕੁਤਬਦੀਨ ਐਬਕ ਜਾਂ ਫਿਰੋਜ਼ ਸ਼ਾ ਤੁਗਲਕ ਤਾਂ ਇੱਕ ਕੁਐਸਚਨ ਇਹ ਹੋ ਗਿਆ ਤਾਂ ਇੱਕ ਦਾਸਾਂ ਦਾ ਦਾਸ ਤਾਂ ਇੱਥੇ ਏਲਤੋਤਮਿਸ ਨਾਲ ਲਗਾ ਦਿਓ ਕਿ ਦਾਸਾਂ ਦਾ ਦਾਸ ਵੀ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ ਹੈ ਇਸ ਕਰਕੇ ਦਾਸਾਂ ਦਾ ਸਰਪ੍ਰਸਤ ਵੀ ਜਿਹੜਾ ਏਲਤੋਤਮਿਸ ਹੋਏਗਾ ਤਾਂ ਇਹਦਾ ਠੀਕ ਆਨਸਰ ਬਣੇਗਾ ਉਹ ਬਣੇਗਾ ਫਿਰੋਜ਼ ਸ਼ਾਹ ਤੁਗਲਕ ਸੌਰੀ ਇੱਥੇ ਨਹੀਂ ਹੈ ਉੱਪਰ ਆਪਣਾ ਕੁਐਸਚਨ ਫਿਰੋਜ਼ ਸ਼ਾਹ ਤੁਗਲਕ ਆਪਸ਼ਨ ਸਾ ਇਹਨੂੰ ਦਾਸਾਂ ਦਾ ਸਰਪ੍ਰਸਤ ਹੈ ਜਿਹੜਾ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਫਿਰੋਜ਼ ਸ਼ਾਹ ਤੁਗਲਕ ਦੇ ਕਾਰਜਕਾਲ ਦੇ ਵਿੱਚ ਸਭ ਤੋਂ ਵੱਧ ਦਾਸ ਗਿਣਤੀ ਦੇ ਵਿੱਚ 1 ਲੱਖ 8000 ਸੀ ਜਿਹੜਾ ਉਹ ਦਾਸਨ ਸੋ ਇਸ ਤੋਂ ਇਲਾਵਾ ਇਸਨੇ ਜਿਹੜਾ ਯਾਨੀ ਕਿ ਫਿਰੋਜ਼ ਸ਼ਾਹ ਤੁਗਲਕ ਨੇ ਦਾਸਾਂ ਦੇ ਸੁਧਾਰ ਲਈ ਕਈ ਕੰਮ ਵੀ ਕੀਤੇ ਸੀ ਜਿਸ ਕਰਕੇ ਇਸ ਨੂੰ ਦਾਸਾਂ ਦਾ ਸਰਪ੍ਰਸਤ ਜਿਹੜਾ ਕਿਹਾ ਜਾਂਦਾ ਸੀ ਇਸ ਤੋਂ ਇਲਾਵਾ ਸਚਾਈ ਦਾ ਪ੍ਰਬੰਧ ਨਹਿਰਾਂ ਤੇ ਖੂ ਦਾ ਪ੍ਰਬੰਧ ਕਰਨ ਵਾਲਾ ਫਿਰੋਜ਼ ਸ਼ਾਹ ਤੁਗਲਕ ਸੀਗਾ ਸਖਤ ਸਜ਼ਾਵਾਂ ਜਿਵੇਂ ਮੌਤ ਹੱਥ ਪੈਰ ਕੱਟਣੀ ਇਸ ਤੇ ਫਿਰੋਜ਼ ਸ਼ਾਹ ਤੁਗਲਕ ਦੇ ਵੱਲੋਂ ਇਹ ਜਿਹੜੀ ਰੋਕ ਲਗਾਈ ਗਈ ਸੀ ਸੋ ਇੱਥੇ ਇਹ ਕੁਐਸਚਨ ਵੀ ਬੰਦ ਹੈ ਕੀ ਜੋ ਸਖਤ ਸਜ਼ਾਵਾ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਹੱਥ ਪੈਰ ਕੱਟ ਦਿੱਤੇ ਜਾਂਦੇ ਸੀ ਤਾਂ ਇਸ ਤੇ ਰੋਕ ਲਗਾਉਣ ਵਾਲਾ ਕਿਹੜਾ ਸ਼ਾਸਕ ਹੋਇਆ ਤਾਂ ਉਹ ਫਿਰੋਜ਼ ਸ਼ਾ ਤੁਗਲਕ ਸੀ ਜਿਹਨੂੰ ਦਸਾਂ ਦਾ ਸਰਫਰਸਤ ਵੀ ਕਿਹਾ ਜਾਂਦਾ ਹੈ ਤਾਂ ਆਪਸ਼ਨ ਸ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਅਬੂਲ ਆਗਿਆ ਪੱਤਰ ਕਿਸ ਨੇ ਜਾਰੀ ਕੀਤਾ ਸੀ ਬਾਬਰ ਨੇ ਕੁਤਬਦੀਨ ਐਬਕ ਨੇ ਅਕਬਰ ਨੇ ਜਾਂ ਫਿਰ ਫਿਰੋਜ਼ ਸ਼ਾ ਤੁਗਲਕ ਨੇ ਤਾਂ ਉੱਬਲ ਆ ਗਿਆ ਪੱਤਰ ਸੀ ਜਿਹੜਾ ਉਹ ਅਕਬਰ ਦੁਆਰਾ ਜਾਰੀ ਕੀਤਾ ਗਿਆ ਸੀ অপਸ਼ਨ ਈਡੀ ਰਾਈਟ ਆਨਸਰ ਬਣੇਗਾ ਸੋ ਮਹਜ਼ਰ ਜਾਂ ਉੱਬਲ ਸੋ ਇਹਨੂੰ ਮਹਜ਼ਰ ਵੀ ਕਿਹਾ ਜਾਂਦਾ ਹੈ ਉੱਬਲ ਵੀ ਆਖਿਆ ਜਾਂਦਾ ਸੋ ਇਹ ਪੱਤਰ ਸੀ ਜਿਹੜਾ ਅਕਬਰ ਨੇ 1579 ਦੇ ਵਿੱਚ ਉਲਮਾ ਤੇ ਸੱਜਦਾਂ ਦਾ ਧਾਰਮਿਕ ਤੇ ਰਾਜਨੀਤਿਕ ਉੱਤੇ ਪ੍ਰਭਾਵ ਘਟ ਕਰ ਲਈ ਇਨਾਂ ਤੋਂ ਇਸ ਪੱਤਰ ਦੇ ਦਸਤਖਤ ਕਰਵਾਏ ਸੀ ਤੇ ਖੁਦ ਇਸਲਾਮ ਧਰਮ ਦੇ ਸਰਵਉੱਚ ਨੇਤਾ ਦੇ ਰੂਪ ਵਿੱਚ ਪਦਵੀ ਹੈ ਜਿਹੜੀ ਪ੍ਰਾਪਤ ਕੀਤੀ ਸੀ ਅਕਬਰ ਨੇ 1579 ਦੇ ਵਿੱਚ ਤਾਂ ਇਸ ਨੂੰ ਅਪੁੱਲ ਜਾਂ ਮਹਜ਼ਰ ਆਗਿਆ ਪੱਤਰ ਜਿਹੜਾ ਕਿਹਾ ਜਾਂਦਾ ਸੋ ਸ਼ੋਰਟ ਦੇ ਵਿੱਚ ਆ ਰੱਖ ਲਿਓ ਅਕਬਰ ਨੇ ਜਾਰੀ ਕੀਤਾ ਸੀ 1579 ਦੇ ਵਿੱਚ ਜਾਰੀ ਕੀਤਾ ਸੀ ਮੇਨ ਇਹਦੇ ਵਿੱਚ ਕੀ ਸੀਗਾ ਜੋ ਉਲਮਾ ਹੋਏ ਨੇ ਅਤੇ ਸੈਯਦ ਹੋਏ ਨੇ ਤਾਂ ਇਹਨਾਂ ਦਾ ਧਾਰਮਿਕ ਤੇ ਰਾਜਨੀਤਿਕ ਪ੍ਰਭਾਵ ਘਟ ਕਰ ਲਈ ਇਹਨਾਂ ਤੋਂ ਇਸ ਪੱਤਰ ਤੇ ਦਸਤਖਤ ਕਰਵਾਏ ਸੀ ਇਹ ਪੱਤਰ ਸੀਗਾ ਅਤੇ ਖੁਦ ਇਸਲਾਮ ਧਰਮ ਦੇ ਸਰਵੋੱਚ ਨੇਤਾ ਦੇ ਰੂਪ ਵਿੱਚ ਅਕਬਰ ਨੇ ਇਹਦੀ ਪਦਵੀ ਪ੍ਰਾਪਤ ਕੀਤੀ ਸੀ ਸੋ ਇਸ ਨੂੰ ਅਪੁੱਲ ਅਗਿਆ ਪੱਤਰ ਜਿਹੜਾ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 80 ਧਰਤੀ ਦੇ ਆਲੇ ਦੁਆਲੇ ਗੈਸਾਂ ਦੇ ਘੇਰੇ ਨੂੰ ਕੀ ਕਿਹਾ ਜਾਂਦਾ ਹੈ ਵਾਤਾਵਰਨ ਬਾਜੂ ਮੰਡਲ ਥਲ ਮੰਡਲ ਜਾਫਿਰ ਜੀਬ ਮੰਡਲ ਸੋ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਧਰਤੀ ਦੇ ਆਲੇ-ਦੁਆਲੇ ਜੋ ਗੈਸਾਂ ਦਾ ਘੇਰਾ ਹੁੰਦਾ ਹੈ ਤਾਂ ਉਸ ਨੂੰ ਬਾਜੂ ਮੰਡਲ ਕਿਹਾ ਜਾਂਦਾ ਹੈ অপਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ ਸੋ ਗੈਸਾਂ ਦੇ ਵਿੱਚ ਪ੍ਰਤੀਸ਼ਤਤਾ ਦੇ ਤੌਰ ਤੇ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੀ ਗੈਸ ਬਾਜੂ ਮੰਡਲ ਦੇ ਵਿੱਚ ਕਿੰਨੀ ਹੈ ਜਿਵੇਂ ਨਾਈਟ੍ਰੋਜਨ ਹੈ 78.08 4% ਹੈ ਆਕਸੀਜਨ ਹੈ ਜਿਹੜੀ 20.94 ਪਰਸੈਂਟ ਹੈ ਕਾਰਬਨ ਡਾਈਆਕਸਾਈਡ 0.038 ਪਰਸੈਂਟ ਹੈ ਆਰਗਨ 0.93 ਹੀਲੀਅਮ ਬਿਲਕੁਲ ਛੋਟੇ ਪੁਆਇੰਟਾਂ ਦੇ ਵਿੱਚ ਹੈ ਸੋ ਇਸ ਤਰ੍ਹਾਂ ਇਹ ਗੈਸਾਂ ਤੇ ਜਿਹੜਾ ਕੁਐਸਚਨ ਹੈ ਪੁੱਛ ਲਿਆ ਜਾਂਦਾ ਹੈ ਸੋ ਜੋ ਪ੍ਰਥਵੀ ਦੇ ਆਲੇ ਦੁਆਲੇ ਗੈਸਾਂ ਦਾ ਕਿਰਿਆਤਾ ਉਸ ਨੂੰ ਵਾਯੂ ਮੰਡਲ ਦਾ ਨਾਮ ਹੈ ਜਿਹੜਾ ਦਿੱਤਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਮਾਉਂਟ ਐਵਰੇਸਟ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਪਰਬਤ ਹੈ ਵਲਦਾਰ ਹੈ ਜਵਾਲਾਮੁਖੀ ਹੈ ਪ੍ਰਾਚੀਨ ਹੈ ਜਾਂ ਫਿਰ ਬਲੌਕ ਪਰਬਤ ਹੈ ਤਾਂ ਮਾਉਂਟ ਐਵਰੇਸਟ ਹੈ ਜਿਹੜਾ ਉਹ ਇੱਕ ਵਲਦਾਰ ਪਰਬਤ ਹੈ অপਸ਼ਨ ਉਡਾ ਰਾਈਟ ਅਨਸਰ ਬਣੇਗਾ ਜੁਰਾਲ ਪਰਬਤ ਰਾਕੀ ਪਰਬਤ ਐਡੀਜ਼ ਪਰਬਤ ਜੋ ਦੁਨੀਆ ਦੀ ਸਭ ਤੋਂ ਲੰਬੀ ਪਰਬਤ ਲੜੀ ਹੈ ਤੇਲਪਸ ਪਰਬਤ ਜਿਹੜੇ ਨੇ ਬਾਕੀ ਦੇ ਤਾਂ ਉਹ ਵੀ ਵਲਦਾਰ ਪਰਬਤ ਨੇ ਖਾਸ ਕਰ ਮਾਉਂਟ ਐਵਰੇਸਟ ਦੀ ਪੁੱਛਿਆ ਜਾਏਗਾ ਉਚਾਈ ਤੇ ਪੁੱਛਿਆ ਸਕਦਾ ਹੈ ਤਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਮਾਉਂਟ ਐਵਰੈਸਟ ਜੋ ਕਿਸ ਤਰ੍ਹਾਂ ਦਾ ਪਰਬਤ ਹੈ ਤਾਂ ਇਹ ਵਾਲਦਾਰ ਹੈ অপਸ਼ਨ ਉੜਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਟੈਗਾ ਖੇਤਰ ਵਿੱਚ ਕਿਸ ਤਰ੍ਹਾਂ ਦੇ ਜੰਗਲ ਹੈ ਜਿਹੜੇ ਪਾਏ ਜਾਂਦੇ ਨੇ ਮਾਨਸੂਨੀ ਸ਼ੀਤ ਊਸ਼ਣ ਜੰਗਲ ਊਸ਼ਣ ਕਟਿਬੰਦ ਜੰਗਲ ਜਾਂ ਫਿਰ ਕੋਣ ਧਾਰੀ ਜੰਗਲ ਤਾਂ ਜੋ ਟੈਗਾ ਖੇਤਰ ਨੇ ਤਾਂ ਇਹਦੇ ਵਿੱਚ ਜਿਹੜਾ ਉਸ਼ਣ ਕਟਿਬੰਦੀ ਆਪਸ਼ਨ ਈਡੀ ਉਸ਼ਣ ਕਟਿਬੰਦੀ ਜੰਗਲ ਹੈ ਜਿਹੜੇ ਪਾਏ ਜਾਂਦੇ ਨੇ ਤਾਂ ਟੈਗਾ ਪ੍ਰਦੇਸ਼ ਕਿਹੜੇ-ਕਿਹੜੇ ਨੇ ਉੱਤਰੀ ਅਰਧ ਗੋਲੇ ਵਿੱਚ ਕੈਨੇਡਾ ਸਵੀਡਨ ਫਿਨਲੈਂਡ ਪੋਲੈਂਡ ਰੂਸ ਤੇ ਸਾਈ베ਰੀਆ ਵਿੱਚ ਹੈ ਜਿਹੜਾ ਉਹ ਫੈਲਿਆ ਹੋਇਆ ਸੋ ਇਹ ਇਹਨਾਂ ਡੀਪਲੀ ਨਹੀਂ ਪੁੱਛਿਆ ਜਾਏਗਾ ਪੁੱਛਿਆ ਜਾਏਗਾ ਸੋ ਮਿੱਟੀ ਦੇ ਪੁੱਛਿਆ ਜਾ ਸਕਦਾ ਹੈ ਜਾਂ ਫਿਰ ਇਹ ਪੁੱਛਿਆ ਜਾ ਸਕਦਾ ਹੈ ਕਿ ਟੈਗਾ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੇ ਜੰਗਲ ਨੇ ਜਿਹੜੇ ਪਾਏ ਜਾਂਦੇ ਨੇ ਤਾਂ ਊਸ਼ਣ ਕਟਿਬੰਦੀ ਜੰਗਲ ਆ ਜਿਹੜੇ ਟੈਗਾ ਖੇਤਰਾਂ ਵਿੱਚ ਪਾਏ ਜਾਂਦੇ ਨੇ ਅਗਲਾ ਪ੍ਰਸ਼ਨ ਹੈ ਭਾਰਤ ਦੇ ਵਿੱਚ ਕਿਸ ਤਰ੍ਹਾਂ ਦੇ ਜੰਗਲ ਪਾਏ ਜਾਂਦੇ ਨੇ ਸੋ ਇਹ ਕੁਐਸਚਨ ਇੰਪੋਰਟੈਂਟ ਹੈ ਮਾਨਸੂਨੀ ਸੀਦ ਊਸ਼ਣ ਊਸ਼ਣ ਕਟਿਬੰਧ ਜੰਗਲ ਜਾਂ ਫਿਰ ਕੋਨਤਾਰੀ ਜੰਗਲ ਤਾਂ ਭਾਰਤ ਦੇ ਵਿੱਚ ਜਿਹੜਾ ਉਹ ਮਾਨਸੂਨੀ ਜੰਗਲ ਪਾਏ ਜਾਂਦੇ ਨੇ ਆਪਸ਼ਨ ਊ ਦਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਪੰਜਾਬ ਟੈਟ ਵੀ ਪੁੱਛਿਆ ਗਿਆ ਸੀ ਡਿਗ ਬੋਈ ਤੇ ਬੰਬੇ ਹਾਈ ਪ੍ਰਸਿੱਧ ਹਨ ਕਿਸ ਲਈ ਇਹ ਪ੍ਰਸਿੱਧ ਨੇ ਖਣਿਜ ਪਦਾਰਥ ਲਈ ਪੈਟਰੋਲ ਲਈ ਮੱਛੀ ਦੇ ਖੇਤਰ ਲਈ ਜਾਂ ਫਿਰ ਘਾਹ ਦੇ ਮੈਦਾਨ ਲਈ ਤਾਂ ਡਿਗ ਬੋਈ ਤੇ ਬੰਬੇ ਹਾਈ ਜਿਹੜੇ ਪ੍ਰਸਿੱਧ ਨੇ ਉਹ ਪੈਟਰੋਲ ਲਈ ਨੇ ਤਾਂ ਆਪਸ਼ਨ ਆ ਦਾ ਰਾਈਟ ਆਨਸਰ ਪਏਗਾ ਇਹ ਕੁਐਸਚਨ ਜਰੂਰ ਨੋਟ ਕਰ ਲਿਓ ਮੋਸਟ ਬਡੈਂਟ ਹੈ ਤਾਂ ਜਿਹੜਾ ਡਿਗਬੋਈ ਤੇਲ ਸੋਧਕ ਕਾਰਖਾਨਾ ਹੈ ਉਹ ਅਸਾਮ ਰਾਜ ਦੇ ਵਿੱਚ ਹੈ ਬੰਬੇ ਹਾਈ ਮਵੇਈ ਤੋਂ ਹੈ ਜਿਹੜਾ 160 ਕਿਲੋਮੀਟਰ ਦੂਰ ਖੰਭਾਤ ਦੀ ਖਾੜੀ ਹੈ ਜੋ ਅਰਬ ਸਾਗਰ ਦੇ ਵਿੱਚ ਸਥਿਤ ਹੈ ਸੋ ਰੂਸ ਦੀ ਮਦਦ ਨਾਲ ਭਾਰਤ ਨੇ ਇਹ ਬੰਬੇ ਹਾਈ ਤੇਲ ਸੋਧਕ ਕਾਰਖਾਨਾ ਸੀ ਜਿਹੜਾ 1965 ਦੇ ਵਿੱਚ ਸ਼ੁਰੂ ਕੀਤਾ ਸੀ ਸੋ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਬੰਬੇ ਹਾਈ ਤੇਲ ਸੋਧਕ ਕਾਰਖਾਨਾ ਜਿਹੜਾ ਭਾਰਤ ਨੇ ਕਿਹੜੇ ਦੇਸ਼ ਦੀ ਮਦਦ ਨਾਲ ਕਦੋਂ ਸ਼ੁਰੂ ਕੀਤਾ ਸੀ ਤਾਂ ਇਹ ਆਇਆ ਰੂਸ ਦੀ ਮਦਦ ਨਾਲ 1965 ਦੇ ਵਿੱਚ ਸੋ ਦੋਨੋਂ ਇਹ ਡਿਗਬੋਈ ਤੇ ਬੰਬੇ ਹਾਈ ਪੈਟਰੋਲ ਨਾਲ ਸੰਬੰਧਿਤ ਨੇ ਇਸ ਤੇ ਦੀ ਪੈਟਰੋਲ ਲਈ ਪ੍ਰਸਿੱਧ ਨੇ ਤਾਂ ਆਪਸ਼ਨ ਅੜਾ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਸਹਾਰਾ ਤੇ ਕਲਾਕ ਹਾਰੀ ਜੋ ਗਰਮ ਮਾਰਥਲ ਨੇ ਕਿਹੜੇ ਮਹਾਦੀਪ ਦੇ ਵਿੱਚ ਪੈਂਦੇ ਨੇ ਸਹਾਰਾ ਤੇ ਕਲਾਕਾਰੀ ਕਾਲਾਹਾਰੀ ਸੋ ਇਹ ਗਰਮ ਮਾਰਥਲ ਦੇ ਨਾਮ ਨਹੀਂ ਕਿਹੜੇ ਮਹਾਦੀਪ ਵਿੱਚ ਪੈਂਦੇ ਨੇ ਰਸਲੇ ਯੂਰਪ ਏਸ਼ੀਆ ਅਫਰੀਕਾ ਜਾਂ ਫਿਰ ਦੱਖਣੀ ਅਫਰੀਕਾ ਦੇ ਵਿੱਚ ਤਾਂ ਇਹ ਪੈਂਦੇ ਨੇ ਜੀ ਅਫਰੀਕਾ ਮਹਾਦੀਪ ਦੇ ਵਿੱਚ ਸਹਾਰਾ ਤੇ ਕਾਲਾਹਰੀ ਗਰਮ ਮਾਰੂਥਲ ਦੇ ਨਾਮ ਨੇ ਦੋ ਗਰਮ ਮਾਰੂਥਲ ਨੇ ਅਤੇ ਅਫਰੀਕਾ ਮਹਾਦੀਪ ਦੇ ਵਿੱਚ ਹੀ ਪੈਂਦੇ ਨੇ ਸੋ ਸਹਾਰਾ ਮਾਰੂਥਲ ਹੈ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਹੈ ਇਹ ਅਫਰੀਕਾ ਮਹਾਦੀਪ ਦੇ ਉੱਤਰ ਦੇ ਵਿੱਚ ਸਥਿਤ ਹੈ ਅਗਰ ਦੇਸ਼ਾ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਅਫਰੀਕਾ ਮਹਾਦੀਪ ਦੇ ਉੱਤਰ ਦੇ ਵਿੱਚ ਦਿੱਤਾ ਹੈ ਜਿਹੜਾ ਕਿ 10 ਦੇਸ਼ਾਂ ਦੇ ਵਿੱਚ ਫੈਲੇ ਹੋਏ ਅਤੇ ਜੋ ਕਾਲਾਹਰੀ ਹੈ ਇਹ ਮਾਰੂਥਲ ਅਫਰੀਕਾ ਮਹਾਦੀਪ ਦੇ ਦੱਖਣ ਵਿੱਚ ਸਥਿਤ ਹੈ ਜੋ ਤਿੰਨ ਦੇਸ਼ਾਂ ਦੇ ਵਿੱਚ ਫੈਲੇ ਹੈ ਜੂ ਇਸ ਦੀ ਮਿੱਟੀ ਹੈ ਤਾਂ ਉਹਦਾ ਰੰਗ ਹੈ ਜਿਹੜਾ ਲਾਲ ਹੈ ਅਤੇ ਜੋ ਰਾਈਵਰ ਹੈ orange river ਇਸ ਦੀ ਪ੍ਰਮੁੱਖ ਨਦੀ ਹੈ ਸੋ ਅਮਰੀਕਾ ਅਫਰੀਕਾ ਦੇ ਉੱਤਰ ਦੱਖਣ ਵਿੱਚ ਇਹ ਫੈਲੇ ਹੋਏ ਨੇ ਸਿੱਧਾ ਯਾਦ ਰੱਖ ਲਿਓ ਸੋ ਇੱਕ ਜਿਹੜਾ ਸਹਾਰਾ ਉਹ 10 ਦੇਸ਼ਾਂ ਦੇ ਵਿੱਚ ਫੈਲਿਆ ਹੈ ਅਤੇ ਜੋ ਕਾਲਾ ਹਾਰੀ ਹੈ ਉਹ ਤਿੰਨ ਦੇਸ਼ਾਂ ਦੇ ਵਿੱਚ ਫੈਲਿਆ ਹੋਇਆ ਸੋ ਇਹਨਾਂ ਕਾਜਾਦ ਰੱਖ ਲਿਓ ਜਿਆਦਾ ਡੀਪਲੀ ਕੁਐਸਚਨ ਨਹੀਂ ਪੁੱਛਿਆ ਜਾਏਗਾ ਅਗਲਾ ਪ੍ਰਸ਼ਨ ਹੈ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਪਹਾੜ ਕਿਹੜਾ ਹੈ ਯੂਰਾਲ ਪਰਬਤ ਰਾਕੀ ਪਰਬਤ ਏਡੀਜ਼ ਪਰਬਤ ਜਾਫਰ ਐਲਪਸ ਪਰਬਤ ਤਾਂ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਜਿਹੜਾ ਪਰਬਤ ਹੈ ਉਹ ਯੁਰਾਲ ਪਰਬਤ ਹੈ ਜੋ ਏਸ਼ੀਆ ਤੇ ਯੂਰਪ ਨੂੰ ਜੋੜਦਾ ਆਪਸ ਦੇ ਵਿੱਚ ਤਾਂ ਆਪਸ਼ਨ ਊੜਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਕਿਹੜਾ ਸਥਾਨ ਸਿੰਧੂ ਘਾਟੀ ਸਭਿਅਤਾ ਦਾ ਕੇਂਦਰ ਨਹੀਂ ਹੈ ਸੋ ਨਹੀਂ ਹੈ ਦੇ ਵਿੱਚ ਪੁੱਛਿਆ ਗਿਆ ਕੋਟ ਦੀਜੀ ਰੰਗਪੁਰ ਆਲਮਗੀਰਪੁਰ ਜਾਂ ਫਿਰ ਮਲਾਵੀ ਇਨਾਂ ਦੇ ਵਿੱਚੋਂ ਸਿੰਧੂ ਘਾਟੀ ਸਭਿਆਤਾ ਦਾ ਕੇਂਦਰ ਜਿਹੜਾ ਨਹੀਂ ਹੈ ਉਹ ਸਥਾਨ ਹੈ ਮਲਾਵੀ ਆਪਸ਼ਨ ਸ ਬਾਕੀ ਕੋਟਦੀਜੀ ਰੰਗਪੁਰ ਆਲਮਗੀਰਪੁਰਾ ਜਿਹੜੇ ਸਿੰਧੂ ਘਾਟੀ ਦੀ ਸਭਿਆਤਾ ਦੇ ਕੇਂਦਰ ਵਿੱਚ ਆਉਂਦੇ ਨੇ ਮਲਾਵੀ ਇਹ ਜਿਹੜਾ ਕੇਂਦਰ ਇਸ ਦਾ ਨਹੀਂ ਹੈ ਆਪਸ਼ਨ ਸ ਸਹੀ ਰਾਈਟ ਅਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਸੁਨਾਮੀ ਲਹਿਰਾਂ ਦਾ ਪ੍ਰਭਾਵ ਵੱਧ ਹੁੰਦਾ ਹੈ ਇੱਥੇ ਵੱਧ ਹੁੰਦਾ ਹੈ ਮੈਦਾਨੀ ਖੇਤਰਾਾਂ 'ਚ ਪਹਾ੍ਰਵਤੀ ਖੇਤਰਾਾਂ 'ਚ ਤੱਟੀ ਖੇਤਰਾਾਂ 'ਚ ਜਾਂ ਫਿਰ ਪਠਾਰੀ ਖੇਤਰਾਾਂ ਦੇ ਵਿੱਚ ਤਾਂ ਜੋ ਸੁਨਾਮੀ ਲਹਿਰਾਂ ਹੁੰਦੀਆਂ ਨੇ ਤਾਂ ਇਸ ਦਾ ਵੱਧ ਪ੍ਰਭਾਵ ਹੈ ਜਿਹੜਾ ਜੋ ਤੱਟੀ ਖੇਤਰ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਹੁੰਦਾ ਹੈ অপਸ਼ਨ ਈਡੀ ਰਾਈਟ ਆਨਸਰ ਬਣੇਗਾ ਇਸ ਤੋਂ ਇਲਾਵਾ ਅਗਰ ਇਹ ਪੁੱਛ ਲੈਂਦਾ ਹੈ ਕਿ ਸੁਨਾਮੀ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਤਾਂ ਹੋਵੇਗਾ ਜੀ ਜਪਾਨੀ ਭਾਸ਼ਾ ਦਾ ਇਸ ਤੋਂ ਭਾਵ ਕੀ ਹੁੰਦਾ ਹੈ ਕੰਡਾ ਅਤੇ ਪਾਣੀ ਸਮੁੰਦਰ ਦੇ ਕੰਡਿਆਂ ਤੇ ਟਕਰਾਨ ਵਾਲੀਆਂ ਲੰਬੀਆਂ ਤੇ ਉੱਚੀਆਂ ਲਹਿਰਾਂ ਸੋ ਇਹਨਾਂ ਨੂੰ ਜਿਹੜਾ ਸੁਨਾਮੀ ਕਿਹਾ ਜਾਂਦਾ ਹੈ ਜੋ ਰਫ਼ਤਾਰ ਹੁੰਦੀ ਹੈ ਇਹਨਾਂ ਦੀ 800 ਕਿਲੋਮੀਟਰ ਪ੍ਰਤੀ ਘੰਟੇ ਦੀ ਹੁੰਦੀ ਹੈ ਸਭ ਤੋਂ ਵੱਧ ਇਹ ਜਿਹੜਾ ਨੁਕਸਾਨ ਕਰਦੀਆਂ ਨੇ ਜਿਵੇਂ ਰਾਜੋਗੇ ਤਾਮਿਲਨਾਡੂ ਆਂਧਰਾ ਪ੍ਰਦੇਸ਼ ਉੜੀਸਾ ਆਦ ਜੋ ਇਦਾਂ ਦੇ ਰਾਜ ਨੇ ਸਭ ਤੋਂ ਵੱਧ ਇਹਨਾਂ ਦਾ ਨੁਕਸਾਨ ਹੈ ਜਿਹੜਾ ਹੁੰਦਾ ਸੋ ਇੱਕ ਸੁਨਾਮੀ ਲਹਿਰਾ ਕਾਰਨ ਹੈ ਜਿਹੜਾ ਖੇਤਰ ਦਾ ਨੁਕਸਾਨ ਹੋਇਆ ਸੀ 26 ਦਸੰਬਰ 2004 ਨੂੰ ਤੇ ਲੈਰਾਂ ਨੇ ਜਿਹੜੀਆਂ ਹਿੰਦ ਮਹਾਸਾਗਰ ਦੇ ਵਿੱਚ ਆਉਂਦੀਆਂ ਨੇ ਅਗਲਾ ਪ੍ਰਸ਼ਨ ਹੈ ਭੂ ਖਿਸਕਣ ਦਾ ਡਰ ਕਿਹੜੇ ਖੇਤਰਾਂ ਵਿੱਚ ਵੱਧ ਹੈ ਜਿੱਥੇ ਭੂ ਖਿਸਕਦੇ ਨੇ ਹਿਮਾਲਿਆ ਪਹਾ੍ਰਤੀ ਖੇਤਰ আরাਵਾਲੀ ਪਹਾ੍ਰਤੀ ਖੇਤਰ ਸਤਪੂੜਾ ਪਹਾ੍ਰਤੀ ਖੇਤਰ ਜਾਂ ਫਿਰ ਨੀਲਗਿਰੀ ਪਹਾ੍ਰਤੀ ਖੇਤਰ ਤਾਂ ਭੂ ਖਿਸਕਣ ਦਾ ਡਰ ਹੈ ਜਿਹੜਾ ਉਹ ਖੇਤਰ ਹਿਮਾਲਿਆ ਪਹਾ੍ਰਤੀ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਭੂਕੰਪ ਪੂਚਾਲ ਪ੍ਰਭਾਵਿਤ ਖੇਤਰ ਹੈ ਜਿਹੜੇ ਹਿਮਾਲਾ ਖੇਤਰ ਪੂਰਬੀ ਭਾਰਤ ਦੇ ਉੱਤਰੀ ਮੈਦਾਨ ਨੇ ਸਭ ਤੋਂ ਘੱਟ ਅਗਰ ਪੁੱਛਿਆ ਜਾਂਦਾ ਹੈ ਭੂਕੰਪ ਜਿਹੜਾ ਦੱਖਣੀ ਭਾਰਤ ਦੇ ਵਿੱਚ ਆਉਂਦੇ ਨੇ ਸੋਕਾ ਪ੍ਰਭਾਵਿਤ ਖੇਤਰ ਪੁੱਛਿਆ ਜਾਂਦਾ ਤਾਂ ਗੁਜਰਾਤ ਆ ਗਿਆ ਮਹਾਰਾਸ਼ਟਰ ਆ ਗਿਆ ਆਂਧਰਾ ਪ੍ਰਦੇਸ਼ ਆ ਗਿਆ ਉੜੀਸਾ ਆ ਗਿਆ ਅਗਰ ਹੜ੍ਹ ਪ੍ਰਭਾਵਿਤ ਪੁੱਛ ਲਿਆ ਜਾਵੇ ਤਾਂ ਅਸਾਮ ਬ੍ਰਾਂਹਪੁੱਤਰ ਖੇਤਰ ਬਿਹਾਰ ਗੰਗਾ ਅਕਸਰ ਆਪਾਂ ਨਿਊਜ਼ ਦੇ ਵਿੱਚ ਦੇਖਦੇ ਆ ਬਿਹਾਰ ਚੜ ਹੁੰਦੇ ਹੈ ਕੋਸੀ ਨਦੀ ਦਾ ਖੇਤਰ ਆ ਜਾਂਦਾ ਹੈ ਸੋ ਇਹਨਾਂ ਵਿੱਚ ਇਹ ਅੱਡ ਅੱਡ ਖੇਤਰ ਨੇ ਹੜ੍ਹ ਪ੍ਰਭਾਵਿਤ ਤੇ ਸੋਕਾ ਪ੍ਰਭਾਵਿਤ ਸੋ ਭੂਗੋਲਿਕ ਕਿਹਨਾਂ ਦਾੜਾ ਸੋ ਦਾ ਰਾਈਟ ਆਨਸਰ ਬਣੇਗਾ ਹਿਮਾਲਿਆ ਪਹਾ੍ਰਦੀ ਖੇਤਰ ਤਾਂ ਇਹਦੇ ਵਿੱਚ ਵੱਧ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਲਾਰਡ ਲਹੋਜੀ ਨੇ ਕਿਹੜੀ ਰਿਆਸਤ ਨੂੰ ਕੁਸ਼ਾਸ਼ਨ ਆਧਾਰ ਬਣਾ ਕੇ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕੀਤਾ 17 ਝਾਂਸੀ ਅਵਦ ਜਾਂ ਫਿਰ ਨਾਗਪੁਰ ਤਾਂ ਇਹ ਰਿਆਸਤ ਸੀ ਅਵਦ অপশন ইডি ਜਿਸ ਨੂੰ ਲਾਰਡ ਲਾਹੋਜੀ ਨੇ ਕੁਸ਼ਾਸ਼ਨ ਆਧਾਰ ਬਣਾ ਕੇ ਆਪਣੇ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕੀਤਾ ਸੀ 1849 ਸਵੀ ਵਿੱਚ ਪੰਜਾਬ ਵਿਲੇ ਅਤੇ 1852 ਦੇ ਵਿੱਚ ਲੋਅਰ ਬਰਮਾ ਤੇ ਪਿੰਗੂ ਨੂੰ ਬ੍ਰਿਟਸ ਰਾਜ ਦੇ ਵਿੱਚ ਲੈ ਗਿਆ ਸੀ ਇਸ ਤੋਂ ਇਲਾਵਾ ਲੈਂਪਸ ਦੱਸਦਾ ਤਾਂ Shimla ਨੂੰ ਗਰਮੀਆਂ ਚ ਰਾਜਧਾਨੀ ਬਣਾਉਣਾ ਵੋਡਰਡ ਸਪੈਚ ਪੀਟੈਕਟ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ ਵੋਡਰਡ ਸਪੈਚ ਦਾ ਸਬੰਧ ਕਿਸ ਨਾਲ ਸਿੱਖਿਆ ਨਾਲ ਇਹਸ ਨੂੰ ਲਾਗੂ ਕਰਕੇ ਸਿੱਖਿਆ ਵਿੱਚ ਸੁਧਾਰ ਕੀਤੇ ਸੀ ਲਾਰਡ ਲਾਹੌਰੀ ਨੇ ਸੋ ਲਾਰਡ ਲਾਹੌਰੀ ਦੇ ਪਹੁੰਚੇ ਦਾ ਕੰਮ ਨੇ ਡਾਕਟਾਰ ਦੀ ਸਥਾਪਨਾ ਜੋ ਪੁਰਾਣੀਆਂ ਇਤਿਹਾਸਕ ਇਮਾਰਤਾਂ ਸੀ ਉਹਨਾਂ ਦਾ ਰੱਖ-ਰਖਾਵ ਲਈ ਅਲੱਗ ਵਿਭਾਗ ਇਹਨੇ ਸਥਾਪਿਤ ਜੋ ਕੀਤੇ ਸੀ ਦਿੱਲੀ ਤੇ ਆਗਰਾ ਦੀ ਜੋ ਇਤਿਹਾਸਕ ਇਮਾਰਤਾਂ ਸੀ ਇਹਨਾਂ ਦੀ ਬਰੰਮਤ ਲਾਰਡ ਲਾਹੌਰੀ ਨੂੰ ਵੱਲੋਂ ਇਹ ਜਿਹੜੀ ਕਰਵਾਈ ਗਈ ਸੀ ਸੋ ਬਹੁਤ ਸਾਰੇ ਕੰਮ ਨੇ ਨਹਿਰਾ ਖੂ ਆਪਣੇ ਇਹਦੀਆਂ ਜੋ ਨਹਿਰਾ ਜਾਂਦੀਆਂ ਨੇ ਵੇ ਸਾਰੇ ਕੰਮ ਸੀਡੇ ਲਾਰਡ ਲਾਹੋਚੀ ਦੁਆਰਾ ਕੀਤੇ ਗਏ ਸੀ ਤਾਂ ਆਪਸ਼ਨ ਈ ਡੀ ਇਹਦੇ ਵਿੱਚ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਪੱਛਮੀ ਘਾਟ ਤੇ ਕਿਸ ਤਰ੍ਹਾਂ ਦੀ ਬਨਸਪਤੀ ਹੈ ਜਿਹੜੀ ਪਾਈ ਜਾਂਦੀ ਹੈ ਸਦਾਬਹਾਰ ਸੁਬਾਨਾ ਪਤਝੜੀ ਜਾਂ ਫਿਰ ਅਲਮਾਇਨ ਤਾਂ ਜਿਹੜੀ ਪੱਛਮੀ ਘਾਟ ਤੇ ਹੈ ਘਾਟ ਹੈ ਤਾਂ ਇਸ ਤੇ ਜਿਹੜੀ ਸਦਾਬਹਾਰ ਬਨਸਪਤੀ ਹੈ ਜਿਹੜੀ ਪਾਈ ਜਾਂਦੀ ਹੈ ਆਪਸ਼ਨ ਊੜਾ ਰਾਈਟ ਆਨਸਰ ਬਣੇਗਾ ਪਛਮੀ ਘਾਟੂ ਗੁਜਰਾਤ ਤੇ ਮਹਾਰਾਸ਼ਟਰ ਦੀ ਸੀਮਾ ਤੋਂ ਸ਼ੁਰੂ ਹੁੰਦੀ ਹੈ ਤੇ ਕੰਨਿਆ ਕੁਮਾਰੀ ਤੱਕ ਜਿਹੜੀ ਇਸਤਿਤ ਹੈ ਕੇਵਲ ਕੇਰਲ ਵਿੱਚ ਇਸ ਨੂੰ ਜਿਹੜਾ 2012 ਦੇ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਕੋਸ਼ਿਤ ਹੈ ਜਿਹੜਾ ਉਹ ਕੀਤਾ ਗਿਆ ਸੀ ਸੋ ਇਹ ਜਰੂਰ ਯਾਦ ਰੱਖਿਓ ਅਗਲਾ ਪ੍ਰਸ਼ਨ ਹੈ ਦਲਦਲੀ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਜਲਵਾਜੂ ਪਾਈ ਜਾਂਦੀ ਹੈ ਜੋ ਦਲਦਲੀ ਖੇਤਰ ਹੁੰਦੇ ਨੇ ਮਾਨਸੂਨੀ ਵਣ ਪੱਛੜੀ ਵਣ ਮੈਗਰੋਵ ਵਨ ਜਾਂ ਫਿਰ 16 ਵਨ ਤਾਂ ਜੋ ਦਲਦਲੀ ਖੇਤਰ ਨੇ ਤਾਂ ਇਹਨਾਂ ਦੇ ਵਿੱਚ ਜਿਹੜੀ ਮੈਗਰੋਵ ਵਨ ਜਲਵਾਜੂ ਆ ਪਾਈ ਜਾਂਦੀ ਹੈ অপਸ਼ਨ ਈਡੀ ਆਪਣਾ ਰਾਈਟ ਆਨਸਰ ਬਣੇਗਾ ਸੋ ਮੈਗਰੋਵ ਜੰਗਲ ਜਾਂ ਬਨਸਪਤੀ ਜਿਸ ਨੂੰ ਜਵਾਰੀਏ ਬਨਸਪਤੀ ਵੀ ਕਿਹਾ ਜਾਂਦਾ ਹੈ ਜਿਹੜੀ ਡੈਲਟਾਈ ਖੇਤਰਾਂ ਵਿੱਚ ਪਾਈ ਜਾਂਦੀ ਹੈ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ ਮੈਗਰੋਵ ਜੋ ਵਣ ਨੇ ਉਹ ਪਾਈ ਜਾਂਦੇ ਨੇ ਇਹਨਾਂ ਜੰਗਲਾਂ ਵਿੱਚ ਸੁੰਦਰਨਾ ਦੇ ਦਰਖਤ ਹੈ ਜਿਹੜੇ ਉਪਾਇਏ ਜਾਂਦੇ ਨੇ ਇਸ ਕਰਕੇ ਨੂੰ ਸੁੰਦਰਬਨ ਡੈਲਟਾ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਜੋ ਪੀਟ ਅਤੇ ਦਲਦਲੀ ਮਿੱਟੀ ਹੁੰਦੀ ਹੈ ਇਹਦਾ ਜਿਹੜਾ ਕਲਰ ਹੈ ਉਹ ਬਲੈਕ ਹੁੰਦਾ ਹੈ ਅਗਲਾ ਪ੍ਰਸ਼ਨ ਹੈ 10 ਡਿਗਰੀ ਚੈਨਲ ਜਿਹੜਾ ਆਫਸ ਵਿੱਚ ਕਿਸ ਨੂੰ ਜੋੜਦਾ ਹੈ ਛੋਟੇ ਅੰਡਾਮਾਨ ਤੇ ਵੱਡੇ ਮਾਨ ਨਿਕੋਬਾਰ ਨੂੰ ਛੋਟਾ ਅੰਡੇਮਾਨ ਤੇ ਕਾਰ ਨਿਕੋਬਾਰ ਨੂੰ ਭਾਰਤ ਤੇ శ్రీలంక ਨੂੰ ਜਾਂ ਤਿਰਪੁਰਾ ਤੇ ਬੰਗਲਾਦੇਸ਼ ਨੂੰ ਤਾਂ 10 ਡਿਗਰੀ ਚੈਨਲ ਹੈ ਜਿਹੜਾ ਉਹ ਆਪਸ ਦੇ ਵਿੱਚ ਛੋਟਾ ਅੰਡੇਮਾਨ ਤੇ ਕਾਰਨਿਕੋਵਾਰ ਨੂੰ ਜੋੜਦਾ ਹੈ অপਸ਼ਨ ਅੜਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਡੰਕਨ ਪਾਸ ਆਪਸ ਦੇ ਵਿੱਚ ਕਿਸ ਨੂੰ ਜੋੜਦਾ ਹੈ ਦੱਖਣੀ ਅੰਡੇਮਾਨ ਤੇ ਛੋਟਾ ਅੰਡੇਮਾਨ ਕਾਰਨਿਕੋਵਾਰ ਤੇ ਛੋਟਾ ਨਿਕੋਵਾਰ ਉੱਤਰੀ ਅੰਡੇਮਾਨ ਤੇ ਮੱਧ ਅੰਡੇਮਾਨ ਜਾਂ ਫਿਰ ਭਾਰਤ ਤੇ ਸ਼੍ਰੀਲੰਕਾ ਨੂੰ ਤਾਂ ਡੰਕਨ ਪਾਸ ਹੈ ਜਿਹੜਾ ਉਹ ਦੱਖਣੀ ਤੇ ਛੋਟੇ ਅੰਡੇਮਾਨ ਨੂੰ ਆਪਸ ਦੇ ਵਿੱਚ ਜੋੜਦਾ ਹੈ ਸੋ ਇਹ ਯਾਦ ਰੱਖਿਓ ਭਾਰਤ ਦੀਆਂ ਉਹ ਨਦੀਆਂ ਜਿਨ੍ਹਾਂ ਦਾ ਜਨਮ ਸਥਲ ਭਾਰਤ ਵਿੱਚ ਨਹੀਂ ਹੈ ਕਿਹੜੀਆਂ ਨਦੀਆਂ ਨੇ ਉਹ ਸਿੰਧ ਜੇਲਮ ਕੋਸੀ ਸਤਲੁਜ ਸਿੰਧ ਨਰਮਦਾ ਗੋਦਾਵਰੀ ਕੋਸੀ ਸਿੰਧ ਜਾਂ ਫਿਰ ਕੋਸੀ ਸਿੰਧ ਸਤਲੁਜ ਤੇ ਬ੍ਰਹਮਪਤਰ ਤਾਂ ਭਾਰਤ ਦੀਆਂ ਉਹ ਨਦੀਆਂ ਨੇ ਜਿਨ੍ਹਾਂ ਦਾ ਜਨਮ ਸਥਲ ਭਾਰਤ ਵਿੱਚ ਨਹੀਂ ਹੈ ਤਾਂ ਉਹਨੇ ਆਪਸ਼ਨ ਸਾ ਕੋਸੀ ਸਿੰਧ ਸਤਲੁਜ ਤੇ ਬ੍ਰਹਮਪੁੱਤਰ ਨਦੀਆਂ ਕਿ ਭਾਰਤ ਦੀਆਂ ਨਦੀਆਂ ਨੇ ਪਰ ਇਹਨਾਂ ਦਾ ਜਨਮ ਸਥਲ ਜਿਹੜਾ ਭਾਰਤ ਵਿੱਚ ਨਹੀਂ ਹੈ ਤਾਂ ਇਹਦੇ ਵਿੱਚ ਆਪਸ਼ਨ ਸਾ ਸਾਡਾ ਰਾਈਟ ਆਨਸਰ ਬਣੇਗਾ ਸੋ ਇਹਨਾਂ ਸਾਰੀਆਂ ਦਾ ਜਨਮ ਸਥਲ ਇਹ ਜਿਹੜਾ ਤਿੱਬਤ ਜੋ ਕਿ ਚੀਨ ਵਿੱਚ ਹੈ ਜਨਮ ਸਥਲ ਇਹਨਾਂ ਦਾ ਚੀਨ ਹੈ ਜਾਨਕੀ ਕਿ ਤਿੱਬਤ ਦੇ ਵਿੱਚ ਅਗਰ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਕੋਸ਼ੀ ਸਿੰਧ ਸਤਲੁਜ ਬ੍ਰਹਮਪੁੱਤਰ ਤੇ ਭਾਰਤੀ ਨਦੀਆਂ ਨੇ ਇਹਨਾਂ ਦਾ ਜਨਮ ਸਥਲ ਜਿਹੜਾ ਕਿੱਥੇ ਹੈ ਤਾਂ ਤਿੱਬਤ ਆ ਗਿਆ ਤਿੱਬਤ ਤੇ ਟਿੱਕ ਲਾ ਦਿਓ ਅਗਰ ਚੀਨ ਆ ਗਿਆ ਬ੍ਰੈਕਟ ਦੇ ਵਿੱਚ ਨਾਲ ਤਾਂ ਚੀਨ ਦੀ ਆਪਸ਼ਨ ਆਈ ਤਾਂ ਚੀਨ ਤੇ ਲਾ ਦਿਓ ਸੋ ਸਾਰਿਆਂ ਦਾ ਜਨਮ ਸਥਲ ਹੈ ਜਿਹੜਾ ਉਹ ਚੀਨ ਹੈ ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਦੇਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਪੀਡੀਐਫ ਨੋਟਸ ਤੁਹਾਨੂੰ ਚਾਹੀਦੇ ਨੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਈਟ ਦਾ ਲਿੰਕ ਦਿੱਤਾ ਹੋਇਆ ਹੈ ਸਾਈਟ ਓਪਨ ਕਰਕੇ ਆਪਣੇ ਟੌਪਿਕ ਦੇ ਹਿਸਾਬ ਨਾਲ ਪੀਡੀਐਫ ਨੋਟਿਸ ਹੈ ਜਿਹੜੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਬਾਕੀ ਕੰਟਿਨਿਊ ਹੋਣ ਤੁਹਾਡੀਆਂ ਕਲਾਸਾਂ ਜਿਹੜੀਆਂ ਚਲਦੀਆਂ ਰਹਿਣਗੀਆਂ ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਐਮਸੀਕਿਊ ਪ੍ਰਸ਼ਨ ਉੱਤਰਾਂ ਨਾਲ ਉਹ ਤੱਕ ਲਈ ਧੰਨਵਾਦ ਜੀ